ਮੈਂ ਅੱਜ ਗੱਲ ਕਰਨ ਜਾ ਰਿਹਾ ਸਾਡੀ ਮਾਂ ਬੋਲੀ ਪੰਜਾਬੀ ਦੀ। ਤੁਹਾਡਾ ਗਾਇਕ ਨਾਥ ਜੰਡਵਾਲੀਆ, ਗੀਤਕਾਰ ਅਤੇ ਗਾਇਕ ਨਾਥ ਜੰਡਵਾਲੀਆ। ਹਾਂ ਵੀ ਦੋਸਤੋ, ਪੰਜਾਬੀ ਇੱਕ ਅਜਿਹੀ ਬੋਲੀ ਹੈ ਜਿਹੜੀ ਗੁਰੂਆਂ ਪੀਰਾਂ ਫਕੀਰਾਂ ਦੀ ਬੋਲੀ ਹੈ, ਜਿਸ ਬੋਲੀ ਨਾਲ ਧਰਤੀ ਤੋਂ ਲੈ ਕੇ ਵੈਕੁੰਠ ਤੱਕ, ਸਵਰਗਾਂ ਤੱਕ ਬੰਦਾ ਤਰ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਵੀ ਇਸ ਪੰਜਾਬੀ ਦੇ ਵਿੱਚ ਹੋਈ। ਕੁਝ ਲੈਣਾ ਤੁਹਾਡੀ ਸੇਵਾ ਦੇ ਵਿੱਚ ਲਿਖੀਆਂ ਹਨ, ਉਹ ਪੇਸ਼ ਕਰਨ ਜਾ ਰਿਹਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਬੜਾ ਪਸੰਦ ਕਰੋਗੇ ਅਤੇ ਗਾਂ ਸ਼ੇਅਰ ਕਰਕੇ ਵੱਧ ਤੋਂ ਵੱਧ ਇਹ ਮੇਰੀ ਗੱਲ ਲੋਕਾਂ ਤੱਕ ਪਹੁੰਚਾਉਂਗੇ, ਸੰਗਤਾਂ ਤੱਕ ਪਹੁੰਚਾਉਂਗੇ। ਇਦੂ ਪਿੱਛੇ ਸਭ ਗੱਲਾਂ ਨੇ, ਇਦੂ ਪਿੱਛੇ ਸਭ ਗੱਲਾਂ ਨੇ, ਸਾਡਾ ਗੁਰੂ ਪੰਜਾਬੀ 'ਚ, ਸਾਡਾ ਹਰ ਇੱਕ ਕੰਮ ਹੈ ਲੋਕੋ ਸ਼ੁਰੂ ਪੰਜਾਬੀ 'ਚ, ਲੱਖਾਂ ਕਿੱਸੇ ਕਾਰ ਵੀ ਨੇ ਸ਼ਾਏ ਪੰਜਾਬੀ 'ਚ, ਲੱਖਾਂ ਕਿੱਸੇ ਕਾਰ ਵੀ ਲੋਕੋ ਸ਼ਾਏ ਪੰਜਾਬੀ 'ਚ, ਉਹਨੂੰ ਸੋਨੇ ਦੇ ਨਾਲ ਤੋਲਣ ਹੋਏ ਜਿਹੜਾ ਗਾਏ ਪੰਜਾਬੀ 'ਚ। ਪੰਜਾਬੀ ਵਰਗੀ ਮਿੱਠੀ ਬੋਲੀ ਹੋਰ ਨਹੀਂ ਹੋ ਸਕਦੀ, ਪੰਜਾਬੀ ਵਰਗੀ ਮਿੱਠੀ ਬੋਲੀ ਹੋਰ ਨਹੀਂ ਹੋ ਸਕਦੀ, ਸੂਰਜ ਨੂੰ ਨਾ ਬਦਲੀ ਲੋਕੋ ਏ ਕਦੇ ਲੁਕੋ ਸਕਦੀ, ਸੂਰਜ ਨੂੰ ਨਾ ਬਦਲੀ ਲੋਕੋ ਕਦੇ ਲੁਕੋ ਸਕਦੀ, ਸੂਰਜ ਨੂੰ ਨਾ ਬਦਲੀ ਲੋਕੋ ਕਦੇ ਲੁਕੋ ਸਕਦੀ। ਬੋੜਾਂ ਟਾਹਲੀਆਂ, ਬੋੜਾਂ ਟਾਹਲੀਆਂ ਪਿੱਪਲਾਂ ਦੀ ਕਦੇ ਸ਼ਾਨ ਨੂੰ ਭੁੱਲਿਓ ਨਾ, ਪਰ ਕਦੇ ਪੰਜਾਬੀ ਆਪਣੀ ਲੋਕੋ ਮਾਂ ਨੂੰ ਭੁੱਲਿਓ ਨਾ। ਦੁਬਾਰਾ ਅਰਜ ਕਰਦਾ, ਬੋੜਾਂ ਟਾਹਲੀਆਂ ਪਿੱਪਲਾਂ ਦੀ ਕਦੇ ਸ਼ਾਨ ਨੂੰ ਭੁੱਲਿਓ ਨਾ, ਪਰ ਕਦੇ ਪੰਜਾਬੀ ਆਪਣੀ ਮਾਂ ਨੂੰ ਭੁੱਲਿਓ ਨਾ। ਉਹ ਕਦੇ ਪੰਜਾਬੀਓ, ਪੰਜਾਬੀ ਆਪਣੀ ਮਾਂ ਨੂੰ ਭੁੱਲਿਓ ਨਾ। ਜੰਡ ਵਾਲੇ ਦੇ ਸੰਧੂ ਨਾਥ ਨੇ, ਜੰਡ ਵਾਲੇ ਦੇ ਸੰਧੂ ਨਾਥ ਨੇ ਸੱਚ ਫਰਮਾਇਆ ਏ, ਪੱਲੇ ਕੁਝ ਨਹੀਂ ਰਹਿੰਦਾ ਓਏ ਜਿੰਨਾ ਮੁੱਢ ਗਵਾਇਆ ਏ। ਦੁਬਾਰਾ ਅਰਜ ਕਰਦਾ ਲੈਣਾ, ਜੰਡ ਵਾਲੇ ਦੇ ਸੰਧੂ ਨਾਥ ਨੇ ਸੱਚ ਫਰਮਾਇਆ ਏ, ਉਹ ਪੱਲੇ ਕੁਝ ਨਹੀਂ ਪੈਂਦਾ ਓਏ ਜਿੰਨਾ ਮੁੱਢ ਗਵਾਇਆ ਏ। ਸਾਡਾ ਮੁੱਢ ਪੰਜਾਬੀ, ਸਾਡਾ ਸਭ ਕੁਝ ਪੰਜਾਬੀ, ਕਿਉਂਕਿ ਅਸੀਂ ਇਸ ਪੰਜਾਬੀ ਦੇ ਨਾਲ ਜਿੱਦਣ ਸਾਡਾ ਜਨਮ ਹੋਇਆ ਸਾਨੂੰ ਮਾਂ ਕਹਿਣਾ ਸਭ ਤੋਂ ਪਹਿਲਾਂ ਪੰਜਾਬੀ 'ਚ ਆਇਆ। ਪੰਜਾਬੀ ਦੇ ਨਾਲ ਸਾਡਾ ਬਹੁਤ ਵੱਡਾ ਰਿਸ਼ਤਾ ਹੈ, ਯਾਨੀ ਕਿ ਸਾਡੇ ਗੁਰੂਆਂ ਨੇ ਸਾਨੂੰ ਪੰਜਾਬੀ ਦੇ ਨਾਲ ਜੋੜਿਆ ਹੈ। ਇਸ ਪੰਜਾਬੀ ਦੇ ਨਾਲ ਦਰਗਾਹਾਂ ਦੀਆਂ ਟਿਕਟਾਂ ਵੀ ਮਿਲਦੀਆਂ ਨੇ। ਬਾਣੀ ਪੜ੍ਹਾਂਗੇ, ਜਪਜੀ ਸਾਹਿਬ ਪੜ੍ਹਾਂਗੇ, ਗੁਰੂ ਗ੍ਰੰਥ ਸਾਹਿਬ ਪੜ੍ਹਾਂਗੇ, ਅਤੇ ਦਰਗਾਹੀ ਟਿਕਟ ਵੀ ਇਸ ਪੰਜਾਬੀ ਦੇ ਨਾਲ ਆਪਾਂ ਨੂੰ ਪ੍ਰਾਪਤ ਹੋਣੀ ਹੈ। ਨਾ ਕਿ ਉੱਥੇ ਪੈਸਿਆਂ ਦੀ ਚੱਲਣੀ ਹੈ, ਨਾ ਉੱਥੇ ਕਿਸੇ ਚੀਜ਼ ਦੀ ਚੱਲਣੀ ਹੈ, ਉੱਥੇ ਤਾਂ ਗੁਰੂਆਂ ਦੀ ਬਾਣੀ ਪੜ੍ਹੀ, ਸੇਵਾ ਕੀਤੀ। 108 ਸੰਤ ਬਾਬਾ ਤਾਰਾ ਸਿੰਘ ਖੁਸ਼ਦਲ ਜੰਡ ਵਾਲੇ ਭੀਮੇ ਸ਼ਾਹ, ਸੰਤ ਬਾਬਾ ਬੱਗਾ ਸਿੰਘ, ਸੰਤ ਬਾਬਾ ਬੱਗਾ ਸਿੰਘ, ਸੰਤ ਬਾਬਾ ਹਰੀ ਸਿੰਘ,
ਜਿਨ੍ਹਾਂ ਮਹਾਂਪੁਰਸ਼ਾਂ ਨੇ ਸਾਨੂੰ ਸਮਝਾਇਆ ਪੰਜਾਬੀ ਪੜ੍ਹੋ, ਪੰਜਾਬੀ ਲਿਖੋ, ਪੰਜਾਬੀ ਵਿੱਚ ਗੁਰੂ ਗ੍ਰੰਥ ਸਾਹਿਬ ਹੈ ਅਤੇ ਪੰਜਾਬੀ ਦੀ ਸੇਵਾ ਕਰੋ। ਦੋਸਤੋ, ਮੇਰੀ ਉਮੀਦ ਹੈ ਕਿ ਤੁਸੀਂ ਇਸ ਪੰਜਾਬੀ ਨੂੰ ਵੱਧ ਤੋਂ ਵੱਧ ਪਿਆਰ ਕਰੋਗੇ, ਵੱਧ ਤੋਂ ਵੱਧ ਸਤਿਕਾਰ ਕਰੋਗੇ, ਕਿਉਂਕਿ ਜਿਸ ਵਿੱਚ ਸਾਡੇ ਗੁਰੂਆਂ ਦੀ ਬਾਣੀ ਲਿਖੀ ਗਈ ਹੋਵੇ ਉਸ ਨੂੰ ਅਸੀਂ ਕਦੇ ਵੀ ਕਿਸੇ ਗੱਲੋਂ ਪਛਾਣ ਨਹੀਂ ਕਰ ਸਕਦੇ। ਸੂਰਜ ਨੂੰ ਕੋਈ ਲੁਕੋ ਨਹੀਂ ਸਕਦਾ, ਸੂਰਜ ਨੂੰ ਕੋਈ ਢੱਕ ਨਹੀਂ ਸਕਦਾ। ਦੋਸਤੋ, ਮੇਰੀ ਬੇਨਤੀ ਹੈ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ, ਪੰਜਾਬੀ ਗਾਓ, ਪੰਜਾਬੀ ਵਿੱਚ ਸਭ ਕੁਝ ਕਰੋ। ਇੰਨਾ ਕੁਛ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਿਲ ਭਾਅ ਜੀ ਮੇਰੇ ਨਾਲ ਜੁੜੇ ਨੇ, ਜਗਜੀਤ ਸਿੰਘ ਜੁੜੇ ਨੇ, ਹੋਰ ਮੇਰੇ ਕਈ ਦੋਸਤ ਮੇਰੇ ਨਾਲ ਜੁੜੇ ਨੇ। ਅੱਜ ਪੰਜਾਬੀ ਦੀ ਗੱਲ ਕੀਤੀ ਹੈ ਅਤੇ ਪੰਜਾਬੀ ਨੂੰ ਆਪਾਂ ਟੌਪ 'ਤੇ ਲੈ ਕੇ ਜਾਣਾ ਹੈ। ਸਿੰਘ ਸਾਹਿਬ ਜੁੜੇ ਨੇ, ਉਹਨਾਂ ਨੇ ਸਹੀ ਗੱਲ ਆਖੀ ਹੈ ਵੀ ਪੰਜਾਬੀ ਸਾਡੀ ਮਾਂ ਹੈ, ਪੰਜਾਬੀ ਦੇ ਵਿੱਚ ਸਾਡੇ ਪਿਓ ਦੀ ਬਾਣੀ ਲਿਖੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਤੇ ਸਾਨੂੰ ਕੁਛ ਨਹੀਂ ਅਤੇ ਨਾ ਹੀ ਹੋ ਸਕਦਾ ਹੈ। ਇਸ ਕਰਕੇ ਇੰਨਾ ਕੁਝ ਕਹਿੰਦਾ ਹੋਇਆ ਲਾਪ੍ਰੀਤ ਗਿੱਲ ਜੀ ਜੁੜ ਗਏ ਨੇ ਸਾਡੇ ਨਾਲ, ਬੜੀ ਮਿਹਰਬਾਨੀ ਦੋਸਤਾਂ ਦੀ। ਦੋਸਤੋ, ਇਸ ਮੇਰੇ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ, ਵੱਧ ਤੋਂ ਵੱਧ ਲਾਈਕ ਕਰਕੇ ਹਰ ਦੇਸ਼ ਦੇ ਕੋਨੇ ਕੋਨੇ ਇਹ ਗੱਲ ਪਹੁੰਚਣੀ ਚਾਹੀਦੀ ਹੈ ਵੀ ਪੰਜਾਬੀਆਂ ਨੂੰ ਪੰਜਾਬੀ ਨਾਲ, ਸਾਰੇ ਦੇਸ਼ ਨੂੰ ਪੰਜਾਬੀ ਨਾਲ ਬਹੁਤ ਪਿਆਰ ਹੈ, ਕਿਉਂਕਿ ਪੰਜਾਬੀ ਬਿਨਾਂ ਦੁਨੀਆ ਦੇ ਵਿੱਚ ਕੁਛ ਵੀ ਨਹੀਂ। ਸਭ ਕੁਝ ਮਿੱਠੀ ਬੋਲੀ ਪੰਜਾਬੀ ਸਾਡੀ, ਜਦੋਂ ਅਸੀਂ ਜੰਮਦੇ ਹਾਂ ਉਦੋਂ ਵੀ ਪੰਜਾਬੀ 'ਚ ਵਧਾਈਆਂ ਮਿਲਦੀਆਂ ਨੇ, ਜਦੋਂ ਅਸੀਂ ਵਿਆਹ ਹੁੰਦਾ ਹੈ ਉਦੋਂ ਵੀ ਬੋਲੀਆਂ ਪਾ ਕੇ ਨੱਚਣਾ ਕੁੱਦਣਾ ਤਿਉਹਾਰ ਮਨਾਉਣੇ ਸਭ ਕੁਝ ਪੰਜਾਬੀ 'ਚ ਫੱਬਦਾ ਹੈ। ਇਸ ਕਰਕੇ ਗਾਇਕ ਨਾਥ ਜੰਡਵਾਲੀਏ ਦੀ, ਗਾਇਕ ਸੰਧੂ ਨਾਥ ਜੰਡਵਾਲੀਏ ਦੀ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਪੰਜਾਬੀ ਪੜ੍ਹੋ, ਪੰਜਾਬੀ ਲਿਖੋ, ਪੰਜਾਬੀ ਗਾਓ, ਪੰਜਾਬੀ ਵਿੱਚ ਸਾਰਾ ਕੁਛ। ਇੰਨਾ ਕੁਛ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਕੁਮਾਰ ਜੀ ਜੁੜ ਗਏ ਨੇ ਸਾਡੇ ਨਾਲ, ਮਨੀਰਾਜ ਜੀ ਆ ਗਏ ਨੇ, ਬੜੀ ਮਿਹਰਬਾਨੀ ਦੋਸਤਾਂ ਦੀ। ਕੁਲਵਿੰਦਰ ਸਿੰਘ ਖਾਲਸਾ ਜੀ ਸਾਡੇ ਨਾਲ ਜੁੜ ਗਏ ਆ, ਬੜੀ ਮਿਹਰਬਾਨੀ ਖਾਲਸਾ ਜੀ। ਉਮੀਦ ਹੈ ਕਿ ਤੁਸੀਂ ਇਸ ਪੰਜਾਬੀ ਬੋਲੀ 'ਤੇ ਇੱਕ ਨਿੱਕਾ ਜਿਹਾ ਜੋ ਸ਼ਬਦ ਕਹੇ ਨੇ ਇਹਨੂੰ ਪਸੰਦ ਕਰੋਗੇ ਅਤੇ ਵੱਧ ਤੋਂ ਵੱਧ ਸ਼ੇਅਰ ਕਰਕੇ, ਲਾਈਕ ਕਰਕੇ ਲੋਕਾਂ ਤੱਕ ਸਾਡੀ ਨਿੱਕੀ ਜੀ ਕੋਸ਼ਿਸ਼ ਨੂੰ ਪੂਰਾ ਕਰੋਗੇ। ਜਸ਼ਨ ਆਏ ਯੰਗਾ ਨਿਆ।